ਲਾਈਵ ਹੋਣ ਦਾ ਮਕਸਦ ਅਤੇ ਸਾਰਾ ਦਿਲ ਉਪਰੂ ਹੋਣ ਦਾ ਮਕਸਦ ਇੱਕੋ ਹੀ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦਿਨ ਬ ਦਿਨ ਵਿਗੜਦੇ ਜਾ ਰਹੇ ਆ ਅਤੇ ਸਰਕਾਰ ਜਿੰਨੇ ਪ੍ਰੋਮਿਸ ਜਿੰਨੇ ਵਾਅਦੇ ਲੈ ਕੇ ਪੰਜਾਬ ਦੇ ਵਿੱਚ ਉਤਰੀ ਸੀ ਤਾਂ ਸਾਰੇ ਦੇ ਸਾਰੇ ਇਸ ਵੇਲੇ ਇਹ ਮਹਿਸੂਸ ਹੋ ਰਿਹਾ ਕਿ ਲੋਕਾਂ ਦਾ ਮਜ਼ਾਕ ਪਬਲਿਕ ਦਾ ਮਜ਼ਾਕ ਕਰਾਇਆ ਜਾ ਰਿਹਾ ਕਿਉਂਕਿ ਇਸ ਵੇਲੇ ਇਹੋ ਜਿਹੀਆਂ ਘਟਨਾਵਾਂ ਦੇਖ ਕੇ ਪੜ੍ਹ ਕੇ ਸੁਣ ਕੇ ਮਨ ਨੂੰ ਬਹੁਤ ਡੂੰਘਾ ਦੁੱਖ ਅਤੇ ਠੇਸ ਪਹੁੰਚਦੀ ਹੈ ਕਿ ਜਦੋਂ ਜਿਸ ਪੰਜਾਬ ਦੀ ਨਾਮ ਆ ਜਿਹੜਾ ਇੱਕ ਸਾਡੇ ਗੁਰੂਆਂ ਪੀਰਾਂ ਦੇ ਨਾਮ ਦੇ ਨਾਲ ਚੱਲਦਾ ਅਤੇ ਜਿੱਥੇ ਸਾਡੀਆਂ ਕੁੜੀਆਂ ਦੀ ਸਾਡੀਆਂ ਮਾਵਾਂ ਦੀ ਸਾਡੇ ਗੁਰੂ ਸਾਹਿਬਾਨਾਂ ਦੀ ਬੜੀ ਲਾਈਕ ਇਸ ਸੰਸਾਰ ਤੋਂ ਕਿਤੇ ਉੱਤਰਦੀ ਜਿਹੜੀ ਆ ਇੰਪੋਰਟੈਂਸ ਦੱਸੀ ਆ ਅਤੇ ਘਟਨਾ ਵਾਪਰਦੀ ਆ ਪੱਟੀ ਦੇ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਵਰਗੇ ਹਲਕੇ ਦੇ ਵਿੱਚ ਜਿੱਥੇ ਇੱਕ ਮਾਸੂਮ ਕੁੜੀ ਨੂੰ ਗਵਾਹ ਕਰਕੇ ਜਿਹੜੇ ਆ ਪੰਜ ਛੇ ਗੁੰਡੇ ਲੋਕ ਉਹਨੂੰ ਲੈ ਕੇ ਜਾ ਰਿਹਾ ਅਤੇ ਮੈਂ ਉਸ ਬਹਾਦਰ ਨੌਜਵਾਨ ਵੀਰ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਦੇ ਚੇਤਨ ਸਿੰਘ ਉਹਨਾਂ ਨੂੰ ਸਲਾਮ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਅਤੇ ਆਪਣੀ ਆਤਮਾ ਦੀ ਆਵਾਜ਼ ਨੂੰ ਪਹਿਚਾਣ ਦੇਵੇ ਉਸ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜਾਨ ਖਤਰੇ 'ਚ ਪਾ ਕੇ ਅਤੇ ਸਰਕਾਰਾਂ ਦੇ ਉਲਟ ਹਵਾਵਾਂ ਦੇ ਵਿੱਚ ਖੜ੍ਹਨਾ ਅਤੇ ਇੱਕ ਅੱਜ ਦੇ ਜ਼ਮਾਨੇ ਦੇ ਵਿੱਚ ਭਰੀ ਇਨਸਾਨੀਅਤ ਵਾਲੀ ਗੱਲ ਕਰਨਾ ਉਸ ਵੀਰ ਨੂੰ ਪਹਿਲਾਂ ਤਾਂ ਸਲੂਟ ਆ ਪਰ ਨਾਲ ਹੀ ਮੈਨੂੰ ਇਸ ਗੱਲ ਦਾ ਗਹਿਰਾ ਦੁੱਖ ਆ ਕਿ ਜਿਵੇਂ ਅਕਾਲੀ ਦਲ ਸਰਕਾਰ ਜਿਹੜੇ ਕਦਮਾਂ 'ਤੇ ਚੱਲਦੀ ਹੁੰਦੀ ਸੀਗੀ ਉਸ ਵੇਲੇ ਉਵੇਂ ਕਾਂਗਰਸ ਸਰਕਾਰ ਆ ਜਿਹੜੀ ਉਹਨਾਂ ਹੀ ਕਦਮਾਂ 'ਤੇ ਚੱਲਦੀ ਅਕਾਲੀ ਦਲ ਸਰਕਾਰ ਵੀਰੇ ਵੀ ਬਹੁਤ ਸਾਰੀਆਂ ਸਾਡੀਆਂ ਕੁੜੀਆਂ ਜਿਨ੍ਹਾਂ ਨੂੰ ਮਤਲਬ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਬਲਾਤਕਾਰ ਹੋਏ ਔਰ ਬਹੁਤ ਸਾਰੀਆਂ ਸਾਡੀਆਂ ਕੁੜੀਆਂ ਪੰਜਾਬ ਦੀਆਂ ਔਰ ਜਿਹੜੀਆਂ ਕਿ ਬੱਸਾਂ ਤੱਕ ਉਹਨਾਂ ਦੀ ਸਰਕਾਰ ਦੇ ਵਿੱਚ ਕੁਚਲ ਦਿੱਤੀਆਂ ਗਈਆਂ ਬੱਸਾਂ ਨੇ ਕੁਚਲ ਦਿੱਤੀਆਂ ਅਤੇ ਉਹਨਾਂ ਸਾਰੇ ਹਾਲਾਤਾਂ 'ਤੇ ਜੇ ਅਸੀਂ ਨਿਗਾਹ ਮਾਰੀਏ ਤਾਂ ਅੱਜ ਜਿਹੜੀ ਸਾਡੀ ਕਾਂਗਰਸ ਸਰਕਾਰ ਆ ਉਹਨਾਂ ਸਾਰੇ ਕਦਮਾਂ 'ਤੇ ਚੱਲੀ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਜਦੋਂ ਲਾਅ ਐਂਡ ਆਰਡਰ ਜੇ ਸਰਕਾਰ ਦਾ ਫੇਲ ਹੋ ਜੇ ਜਾਂ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਫੇਲ ਹੋ ਜੇ ਅਤੇ ਸੀਐਮ ਸਾਹਿਬ ਜਿਹੜੇ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨੂੰ ਬੜਾ ਮਾਣ ਆ ਇਹ ਮੰਨਦੇ ਆ ਕਿ ਜੇ ਕਿਤੇ ਗੁੱਡ ਐਡਮਿਨਿਸਟ੍ਰੇਸ਼ਨ ਕੋਈ ਦੇ ਸਕਦਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਮੇਰੇ ਖਿਆਲ ਹੀ ਇਜ਼ ਟੋਟਲੀ ਫੇਲ ਕਿ ਜੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਕਿਤੇ ਗੱਲ ਹੁੰਦੀ ਹੋ ਤਾਂ ਮੈਨੂੰ ਲੱਗਦਾ ਉਹਨੂੰ ਫਿਰ ਸਰਕਾਰ ਛੱਡ ਦੇਣੀ ਚਾਹੀਦੀ ਹੈ ਸਰਕਾਰ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਔਰ ਵੈਸੇ ਵੀ ਜਿਹੜਾ ਟਾਈਮ ਆ ਜੇ ਅਸੀਂ ਗੱਲ ਕਰੀਏ ਤਾਂ ਇਹ ਇਲੈਕਸ਼ਨ ਕਮਿਸ਼ਨ ਦੇ ਅੰਡਰ ਚੱਲ ਰਿਹਾ ਅਤੇ ਜੇ ਇਹੋ ਜਿਹੀਆਂ ਘਟਨਾਵਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ ਇਹਨਾਂ 'ਤੇ ਕੋਈ ਕੰਟਰੋਲ ਨਹੀਂ ਇਹਨਾਂ 'ਤੇ ਕੋਈ ਰੋਕਥਾਮ ਨਹੀਂ ਤਾਂ ਇੱਥੇ ਫਿਰ ਕੌਣ ਰਿਸਪੋਂਸੀਬਲ ਆ ਇਹ ਕਿਹਦੇ ਅੰਡਰ ਕੰਟਰੋਲ ਹੈਗੀਆਂ ਨੇ ਸਾਰੀਆਂ ਸੋ ਬੀਇੰਗ ਐਨ ਆਮ ਆਦਮੀ ਪਾਰਟੀ ਪਬਲਿਕ ਦੀ ਜਿੱਥੇ ਅਸੀਂ ਨੁਮਾਇੰਦਗੀ ਕਰਦੇ ਹਾਂ ਅਤੇ ਬੀਇੰਗ ਐਨ ਆਪੋਜੀਸ਼ਨ ਜਿੱਥੇ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਜਿੱਥੇ ਸਾਨੂੰ ਗਹਿਰੀ ਸੱਟ ਲੱਗੀ ਆ ਤਾਂ ਸਰਕਾਰ ਕੋਲੋਂ ਇਲੈਕਸ਼ਨ ਕਮਿਸ਼ਨ ਕੋਲੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਹੈ ਔਰ ਵਿਦ ਇਨ 48 ਆਵਰਸ ਜਿਹੜੇ ਵੀ ਲੋਕ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਰਿਸਪੋਂਸੀਬਲ ਨੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇ ਨਹੀਂ ਤਾਂ ਅਲਟੀਮੇਟ ਟਾਈਮ ਜਿਹੜਾ ਅਸੀਂ ਦੇ ਰਹੇ ਹਾਂ 48 ਘੰਟਿਆਂ ਦਾ 48 ਘੰਟਿਆਂ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਆਪਣੇ ਕਦਮ ਚੱਕਦੇ ਹੋਏ ਜੇ ਸਾਨੂੰ ਸੜਕਾਂ 'ਤੇ ਆਉਣਾ ਪਏ ਜੇ ਸਾਨੂੰ ਧਰਨੇ ਲਾਉਣੇ ਪਏ ਅਤੇ ਜੋ ਵੀ ਸਾਨੂੰ ਕਰਨਾ ਪਊਗਾ ਅਸੀਂ ਉਹ ਕਰਾਂਗੇ ਅਤੇ ਅਸੀਂ ਸਾਡੇ ਉਸ ਵੀਰ ਨੂੰ ਜਿਹੜਾ ਅੱਜ ਹਸਪਤਾਲ ਦੇ ਵਿੱਚ ਪਿਆ ਆ ਦਾਖਲ ਆ ਅਤੇ ਉਹਨੂੰ ਇਨਸਾਫ਼ ਦਿਵਾਉਣ ਦੇ ਲਈ ਔਰ ਉਸ ਲੜਕੀ ਨੂੰ ਜਿਹਦੀ ਜਾਨ ਛੜਾਈ ਆ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਫਿਰ ਪੰਜਾਬ ਦੀਆਂ ਸੜਕਾਂ 'ਤੇ ਉਤਰਾਂਗੇ ਥੈਂਕ ਯੂ